ਸਤ ਸਕਾਰਦਾ ਹਾਂ ਵੀਰ ਅਤੇ ਭੈਣਾਂ ਦਾ ਤੁਹਾਡੇ ਆਪ ਦੇ YouTube ਚੈਨਲ ਦੇ ਉੱਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਗੁਰੂ ਨਾਨਕ ਦੇਵ ਜਿ ਯੂਨੀਵਰਸਿਟੀ ਦੇ ਵਿੱਚੋਂ ਕੱਢਿਆ ਗਿਆ ਦੋ ਰਿਕਰੂਟਮੈਂਟ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਪੂਰੀ ਡਿਟੇਲ ਦੇ ਵਿੱਚ ਕਿੱਦਾਂ ਤੁਸੀਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਤੇ ਇਹਦੇ ਵਿੱਚ ਐਲੀਜੀਬਿਲਿਟੀ ਕੀ ਰਹੇਗੀ ਉਸ ਤੋਂ ਪਹਿਲਾਂ ਤੁਸੀਂ ਅਗਰ ਸਾਡੇ YouTube ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਨੋਟੀਫਿਕੇਸ਼ਨ ਲੈ ਕੇ ਆਈਏ ਤੁਹਾਡੇ ਲਈ ਤੇ ਤੁਸੀਂ ਉਹਦਾ ਲਾਹਾ ਲੈ sacó de esa mesa y en otro sitio ਅਪਲਾਈ ਕਰ ਸਕੋ ਤੇ ਚਲੋ ਹੁਣ ਤੁਹਾਨੂੰ ਜ਼ਿਆਦਾ ਟਾਈਮ ਨਾ ਵੇਸ ਕਰਦੇ ਹੋਏ ਲੈ ਚੱਲਦੇ ਹਾਂ ਜੀ ਅਫੀਸ਼ੀਅਲ ਨੋਟੀਫਿਕੇਸ਼ਨ ਤੇ ਲੇਕਿਨ ਉਸ ਤੋਂ ਪਹਿਲਾਂ ਅੱਜ ਹੀ ਮੈਂ ਇੱਕ ਤੋਂ ਦੋ ਨਵੇਂ ਨੋਟੀਫਿਕੇਸ਼ਨ ਜਿਹੜੇ ਨੇ ਆਏ ਹੋਏ ਉਹਨਾਂ ਦੀ ਵੀਡੀਓ ਬਣਾ ਕੇ ਆਪਣੇ ਚੈਨਲ ਤੇ ਪਾ ਚੁੱਕੇ ਹਾਂ ਤੁਸੀਂ ਜਾ ਕੇ ਇੱਕ ਵਾਰੀ ਜ਼ਰੂਰ ਚੈੱਕ ਕਰ ਲੈਣਾ ਔਰ ਤੁਸੀਂ ਵੀ ਐਲੀਜੀਬਲ ਹੋਣ ਵਾਲੇ ਹੋ ਉਹਨਾਂ ਸਾਰੀਆਂ ਪੋਸਟਾਂ ਦੇ ਲਈ ਤੇ ਚਲੋ ਤੁਸੀਂ ਅਪਲਾਈ ਕਰ ਲੈਣਾ ਹੁਣ ਤੁਹਾਨੂੰ ਲੈ ਚੱਲਦਾ ਅਫੀਸ਼ੀਅਲ ਨੋਟੀਫਿਕੇਸ਼ਨ ਤੇ ਇਹ ਤੁਸੀਂ ਪਹਿਲਾ ਨੋਟੀਫਿਕੇਸ਼ਨ ਦੇਖ ਪਾ ਰਹੇ ਹੋ ਜੀ ਜਿਹੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਜਿਹੜਾ ਕੱਢ ਦਿੱਤਾ ਗਿਆ ਹੈ ਜਿਹੜਾ ਉਹਨਾਂ ਨੇ ਪੋਸਟਾਂ ਕੱਢੀਆਂ ਹੋਈਆਂ ਨੇ ਸਕਿੱਲ ਗੈਪ ਅਨਾਲਿਸਿਸ ਦੇ ਅੰਡਰ ਸੰਕਲਪ ਸਕੀ ਮਿਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਅਤੇ ਐਂਟਰਪ੍ਰੀਨਿਓਰਸ਼ਿਪ ਦੇ ਅੰਡਰ ਜਿਹੜੀਆਂ ਨੇ ਕੱਢੀਆਂ ਗਈਆਂ ਨੇ ਇਸ ਦੇ ਵਿੱਚ ਜਿਹੜੀ ਪਹਿਲੀ ਪੋਸਟ ਜੀ ਉਹ ਹੈਗੀ ਹੈ ਡਾਟਾ ਐਂਟਰੀ ਆਪਰੇਟਰ ਦੀ ਇਸ ਦੇ ਵਿੱਚ ਇੱਕ ਪੋਸਟ ਹੈ ਇਸ ਦੇ ਵਿੱਚ ਅਗਰ ਤੁਸੀਂ BCA, BSC, IT, BSC ਕੰਪਿਊਟਰ ਸਾਇੰਸ ਰੈਕੋਗਨਾਈਜ਼ ਬੋਰਡ ਜਾਂ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ 50% ਮਾਰਕਸ ਦੇ ਨਾਲ ਜਾਂ ਫਿਰ ਤੁਸੀਂ ਗ੍ਰੈਜੂਏਟ ਹੋ ਕੰਪਿਊਟਰ ਸਾਇੰਸ ਅਤੇ ਇਲੈਕਟਿਵ ਸਬਜੈਕਟ ਜਿਹੜੇ ਕਿ ਰੈਕੋਗਨਾਈਜ਼ ਬੋਰਡ ਜਾਂ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ 50% ਮਾਰਕਸ ਦੇ ਨਾਲ ਜਾਂ ਤੁਸੀਂ ਗ੍ਰੈ ਰੈਕੋਗਨਾਈਜ਼ ਬੋਰਡ ਯੂਨੀਵਰਸਿਟੀ ਦੇ ਵਿੱਚ 50% ਮਾਰਕਸ ਜਾਂ ਪੀਜੀਡੀਸੀਏ ਕੀਤੀ ਹੋਈ ਹੈ ਗੁਨਾਰਦੀ ਯੂਨੀਵਰਸਿਟੀ ਜਾਂ ਇਕੁਇਵੈਲੈਂਟ ਇਹਦੇ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ इवन ਅਗਰ ਤੁਸੀਂ ਬੀਟੈਕ ਬੀਈਵੀ ਕੀਤੀ ਹੋਈ ਹੈ ਕੰਪਿਊਟਰ ਸਾਇੰਸ ਦੇ ਵਿੱਚ ਤਾਂ ਕਿਸੇ ਵੀ ਰੈਕਗਨਾਈਜ਼ ਬੋਰਡ ਤੋਂ 50% ਮਾਰਕਸ ਨਾਲ ਜਾਂ ਮਾਸਟਰ ਡਿਗਰੀ ਕੰਪਿਊਟਰ ਸਾਇੰਸ ਕੰਪਿਊਟਰ ਐਪਲੀਕੇਸ਼ਨ ਆਈਟੀ ਕਿਸੇ ਵੀ ਰੈਕਗਨਾਈਜ਼ ਬੋਰਡ ਜਾਂ ਯੂਨੀਵਰਸਿਟੀ ਤੋਂ 50% ਮਾਰਕਸ ਨਾਲ ਕੀਤੀ ਹੈ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋਣ ਵਾਲੇ ਹੋ ਔਰ ਤੁਸੀਂ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ ਸੈਲਰੀ ਜਿਹੜੀ ਹੈ ਤੁਹਾਡੀ ਐਸ ਪਰ ਸੰਕਲ ਬਜਟ ਅਪਰੂਵ ਜਿਹੜਾ ਕੀਤਾ ਜਾਏਗਾ ਉਹਦੇ ਅਕੋਰਡਿੰਗਲੀ ਤੁਹਾਡੀ ਸੈਲਰੀ ਜਿਹੜੀ ਤੁਹਾਨੂੰ ਦਿੱਤੀ ਜਾਏਗੀ ਇਸ ਦੇ ਲਈ ਤੁਸੀਂ ਇਹ ਲਿੰਕ ਦੇਖ ਪਾ ਰਹੇ ਹੋ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੇਗਾ ਜਿੱਦੈ ਤੁਸੀਂ ਇਸਤੇ ਕਲਿੱਕ ਕਰੋਗੇ ਗੂਗਲ ਫਾਰਮ ਦੇ ਰੂਪ ਵਿੱਚ ਓਪਨ ਹੋਏਗਾ ਤੁਸੀਂ ਉੱਥੇ ਆਪਣੀ ਪੂਰੀ ਡਿਟੇਲ ਜਿਹੜੀ ਹੈ ਸਬਮਿਟ ਕਰ ਦੇਣੀ ਹੈ ਪਲੱਸ ਆਪਣਾ ਬਾਇਓ ਡਾਟਾ ਅਤੇ ਸਕੈਨਡ ਕਾਪੀਆਂ ਜਿਹੜੀਆਂ ਨੇ ਇਹਨਾਂ ਦੀ ਦਿੱਤੀ ਗਈ ਈਮੇਲ ਆਈਡੀ ਦੇ ਉੱਪਰ ਜ਼ਰੂਰ ਸੈਂਡ ਕਰਨੀਆਂ ਨੇ ਤੇ 22 ਤਰੀਕ ਤੋਂ ਪਹਿਲੋ-ਪਹਿਲੋ 22 ਫਰਵਰੀ ਤੋਂ ਪਹਿਲੋ-ਪਹਿਲੋ 1 ਵਜੇ ਤੋਂ ਪਹਿਲੋ-ਪਹਿਲੋ ਸੈਂਡ ਕਰ ਦੇਣੀਆਂ ਨੇ ਕੋਈ ਜ਼ਿਆਦਾ ਸਮਾਂ ਨਹੀਂ ਲੱਗੇਗਾ ਤੁਸੀਂ ਲਿੰਕ ਤੇ ਕਲਿੱਕ ਕਰਕੇ ਡਿਟੇਲ ਪੜੋਗੇ ਤੇ ਸਬਮਿਟ ਕਰ ਦੋਗੇ ਉਸ ਤੋਂ ਬਾਅਦ ਤੁਹਾਨੂੰ ਆਨਲਾਈਨ ਇੰਟਰਵਿਊ ਦੇ ਲਈ ਜਿਹੜਾ ਉਹ 11 ਤੀਤੇ ਹੋਏਗੀ ਮਾਰਨਿੰਗ ਚ ਔਰ ਆਨਲਾਈਨ ਇੰਟਰਵਿਊ ਦੇ ਲਈ ਤੁਹਾਨੂੰ ਡਿਟੇਲ ਜਿਹੜੀ ਹੈ 25 2 2021 ਨੂੰ ਤੁਹਾਨੂੰ ਸੈਂਡ ਕਰ ਦਿੱਤੀ ਹੈ ਜਾਣ ਗਿਆ ਤੇ ਜਿਹੜੇ ਵੀ ਕੈਂਡੀਡੇਟ ਅਗਰ ਗੂਗਲ ਫਾਰਮ ਦੇ ਉੱਪਰ ਸਬਮਿਟ ਨਹੀਂ ਕਰਦੇ ਆਪਣੀ ਡਿਟੇਲ ਤਾਂ ਔਰ ਆਪਣੀ ਕਲੀ ਡਿਟੇਲ ਮੇਲ ਆਈਡੀ ਤੇ ਭੇਜਣਗੇ ਉਹ ਜਿਹੜੇ एलिजिਬਲ ਨਹੀਂ ਹੋਣਗੇ ਇੰਟਰਵਿਊ ਦੇ ਲਈ ਸੋ ਇਹ ਸੀਗਾ ਜੀ ਪਹਿਲਾ ਨੋਟੀਫਿਕੇਸ਼ਨ ਜਿਹੜਾ ਗੁਣਾਣਗੇ ਉਸ ਟਾਈਮੋਂ ਕੱਢਿਆ ਗਿਆ ਹੈ ਹੁਣ ਅਸੀਂ ਗੱਲ ਕਰਦੇ ਹਾਂ ਸੈਕੰਡ ਨੋਟੀਫਿਕੇਸ਼ਨ ਦੀ ਏ ਤੁਸੀਂ ਦੇਖ ਪਾ ਰਹੇ ਹੋ ਜੀ ਸੈਕੰਡ ਨੋਟੀਫਿਕੇਸ਼ਨ ਜਿਹੜਾ ਕਿ ਸੇਮ ਗੁਣਾੜ ਦੇ ਯੂਨੀਵਰਸਿਟੀ ਵੱਲੋਂ ਕੱਢਿਆ ਗਿਆ ਹੈ ਔਰ ਇਸ ਦੇ ਵਿੱਚ ਜਿਹੜੀ ਸਕਿੱਲ ਗੈਪ ਅਨਾਲਿਸਿਸ ਦੇ ਅੰਡਰ ਸੰਕਲਪ ਸਕੀਮ ਮਿਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਦੇ ਅੰਡਰ ਹੀ ਸੈਕੰਡ ਪੋਸਟ ਜਿਹੜੀ ਉਹ ਕੱਢੀ ਗਈ ਹੈ ਜੀ ਇਸ ਦੇ ਵਿੱਚ ਜਿਹੜੀਆਂ ਨੇ ਫੀਲਡ ਇਨਵੈਸਟੀਗੇਟਰ ਦੀਆਂ ਚਾਰ ਪੋਸਟਾਂ ਜਿਹੜੀਆਂ ਨੇ ਕੱਢੀਆਂ ਗਈਆਂ ਨੇ ਔਰ ਇਸ ਦੇ ਵਿੱਚ ਤੁਹਾਡੀ ਕੁਆਲਿਫਿਕੇਸ਼ਨ ਜੇਕਰ ਤੁਸੀਂ ਗ੍ਰੈਜੂਏਟ ਹੋ ਇਕਨੋਮਿਕਸ ਕਮਰਸ ਮੈਨੇਜਮੈਂਟ ਜਾਂ ਇੰਜੀਨੀਅਰਿੰਗ ਦੇ ਵਿੱਚ ਜਾਂ ਫੂਡ ਟੈਕਨੋਲੋਜੀ ਦੇ ਵਿਦ 50% ਮਾਰਕਸ ਦੇ ਨਾਲ ਤਾਂ ਉਹ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋਰ ਪ੍ਰੀਫਰੈਂਸ ਜਿਹੜੀ ਦਿੱਤੀ ਜਾਏਗੀ ਪ੍ਰੀਵੀਅਸ ਐਕਸਪੀਰੀਅੰਸ ਅਗਰ ਕਿਸੇ ਨੂੰ ਵੀ ਹੈਗਾ ਵਰਕ অর ਡਾਟਾ ਕਲੈਕਸ਼ਨ ਦੇ ਵਿੱਚ ਤਾਂ ਉਹਨਾਂ ਨੂੰ ਪ੍ਰੀਫਰੈਂਸ ਜਿਹੜੀ ਦਿੱਤੀ ਜਾਏਗੀ ਇਸ ਦੇ ਵਿੱਚ ਵੀ ਸੈਲਰੀ ਜਿਹੜੀ ਤੁਹਾਡੀ ਐਸ ਪਰ ਸੰਕਲ ਬਜਟ ਅਪਰੂਵ ਅਕੋਰਡਿੰਗਲੀ ਹੀ ਦਿੱਤੀ ਜਾਏਗੀ ਇਸ ਦੇ ਵਿੱਚ ਹੀ ਸੇਮ ਤੁਹਾਨੂੰ ਇੱਕ ਹੋਰ ਲਿੰਕ ਮਿਲ ਜਾਏਗਾ ਇਸ ਦੇ ਉੱਪਰ ਤੁਸੀਂ ਕਲਿੱਕ ਕਰਨਾ ਹੈ ਔਰ ਤੁਸੀਂ ਗੂਗਲ ਸ਼ੀਟ ਦੇ ਡਾਇਵਰਟ ਕਰ ਦਿੱਤੇ ਜਾਓਗੇ ਉਹਦੇ ਉੱਪਰ ਕਲਿੱਕ ਕਰਕੇ ਤੁਸੀਂ ਆਪਣੀ ਡਿਟੇਲ ਫਿਲ ਕਰਨੀ ਹੈ ਔ ਬੀਟਾ ਵਿਦੋ ਇਸ ਸਕੈਨਡ ਐਕਸਪੀਰੀਅੰਸ ਆ ਸਰਟੀਫਿਕੇਟ ਨੂੰ ਜਿਹੜਾ ਪੀਡੀਐਫ ਦੇ ਰੂਪ ਦੇ ਵਿੱਚ ਸੈਂਡ ਕਰ ਦੇਣਾ ਤੁਸੀਂ 22 ਤਰੀਕ ਤੋਂ ਪਹਿਲਾਂ ਪਹਿਲਾਂ ਇਹਨਾਂ ਦਿੱਤੀ ਗਈ ਈਮੇਲ ਆਈਡੀ ਦੇ ਉੱਤੇ ਔਰ ਸ਼ਾਰਟਲਿਸਟਡ ਕੈਂਡੀਡੇਟ ਨੂੰ ਜਿਹੜਾ ਇੰਟਰਵਿਊ ਦੇ ਲਈ ਬੁਲਾਇਆ ਜਾਏਗਾ ਉਹ 25 ਦੋ 2021 ਜਿਹੜੀ ਸਵੇਰੇ 11:30 ਤੇ ਹੋਏਗੀ ਔਰ ਇਸ ਦੀ ਇਨਫੋਰਮੇਸ਼ਨ ਤੁਹਾਨੂੰ 24 ਤਰੀਕ ਨੂੰ ਜਿਹੜੀ ਇਹ ਮਿਲ ਜਾਏਗੀ ਔਰ ਉਹ ਤੁਹਾਨੂੰ ਇਨਫੋਰਮ ਕਰ ਦਿੱਤੀ ਜਾਏਗੀ ਆਪਣਾ ਬਾਇਓ ਡਾਟਾ ਦੇ ਵਿੱਚ ਆਪਣੀ ਡਿਟੇਲ ਜਿਹੜੀਆਂ ਨੇ ਉਹ ਜ਼ਰੂਰ ਪ੍ਰੋਪਰ ਫਿਲ ਕਰਨਾ ਈਮੇਲ ਆਈਡੀ ਔਰ ਤੁਹਾਡਾ ਮੋਬਾਈਲ ਨੰਬਰ ਔਰ ਪਲੱਸ ਇਸ ਦੇ ਵਿੱਚ ਜਿਹੜੇ ਗੂਗਲ ਫਾਰਮ ਦੇ ਉੱਪਰ ਡਿਟੇਲ ਨਹੀਂ ਫਿਲ ਕਰਨਗੇ ਉਹਨਾਂ ਨੂੰ ਸ਼ਾਰਟਲਿਸਟਡ ਨਹੀਂ ਕੀਤਾ ਜਾਏਗਾ ਸੋ ਇਹ ਸੀਗੇ ਦੋਨੋਂ ਜਿਹੜੇ ਡਿਟੇਲ ਪੀਡੀਐਫ ਫਾਰਮੈਟ ਦੇ ਵਿੱਚ ਔਰ ਇਹਦੀ ਤੁਹਾਨੂੰ ਲਿੰਕ ਜਿਹੜਾ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਜਾਏਗਾ ਕਲਿੱਕ ਕਰਕੇ ਡਾਊਨਲੋਡ ਕਰਕੇ ਜ਼ਰੂਰ ਰੀਡ ਆਊਟ ਇਕਵਰੀ ਕਰ ਲੈਣਾ ਸੋ ਇਹ ਚੰਗੀ有机会 ਹੈ ਜੀ ਤੁਸੀਂ ਇਸ ਲਈ ਵੀ ਅਪ ਇਹ ਜਾਣਕਾਰੀ ਦੇਣ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ